ਦੇਖੋ ਮੈਨੂੰ ਦੱਸੋ ਤੁਸੀਂ ਜੇ ਇਹੋ ਸਰਕਾਰ ਕਹਿੰਦੀ 15 ਦਿਨ 'ਚ ਨਸ਼ਾ ਖਤਮ ਕਰ ਦੇਵਾਂਗੇ, ਨਸ਼ਾ ਤਾਂ 10 ਗੁਣਾ ਵੱਧ ਗਿਆ। ਇਹਨਾਂ ਦੀ ਕੋਈ ਨੀਅਤ ਥੋੜ੍ਹੀ ਕੰਮ ਕਰਨ ਦੀ, ਇਹ ਤਾਂ ਝੂਠ ਬੋਲ ਕੇ ਆਏ ਨੇ। ਔਰ ਇਸੇ ਵਾਰੀ ਦੇਖ ਲਓ ਤੁਸੀਂ ਜਿਹੜੇ ਲੋਕ ਸਭਾ ਚੁਣਾਵ ਨੇ 13 ਸੀਟਾਂ ਨੇ ਪੰਜਾਬ 'ਚ, ਤੁਹਾਡੇ ਸਾਹਮਣੇ ਦੇਖ ਲਓ ਇੱਕ ਵੀ ਸੀਟ ਨਹੀਂ ਮਿਲਣੀ ਆਪ ਨੂੰ ਜੋ ਹਾਲਾਤ। ਦੇਖੋ BJP 'ਚ ਐਸਾ ਕੋਈ ਕਲਚਰ ਤਾਂ ਹੈ ਨਹੀਂ, BJP 'ਚ ਟਿਕਟ ਦਿੱਕਣ ਨੂੰ ਮਿਲਣੀ ਹੈ, ਅਤੇ ਬਾਕੀ ਕੋਈ ਹੈ ਤਾਂ ਚਲੋ ਮਾੜੀ ਮੋਟੀ ਹੋ ਸਕਦੀ ਨਾਰਾਜ਼ਗੀ ਹੋਏ, ਪਾਰਟੀ ਵੀ ਪ੍ਰਯਾਸ ਕਰਿਆ ਕਰਦੀ ਹੈ ਉਹਨੂੰ ਮਨਾਉਣ 'ਚ, ਅਤੇ ਬਾਕੀ ਹੌਸਲਾ ਮੰਨ ਹੀ ਜਾਣਗੇ। ਲੋਕ ਸਭਾ ਚੋਣਾਂ ਨੂੰ ਲੈ ਕੇ ਭਾਰਤੀ ਜਨਤਾ ਪਾਰਟੀ ਉਮੀਦਵਾਰ ਦਿਨੇਸ਼ ਬੱਬੂ ਗੁਰਦਾਸਪੁਰ ਪਹੁੰਚੇ ਅਤੇ ਪਾਰਟੀ ਦੇ ਅਹੁਦੇਦਾਰਾਂ ਅਤੇ ਵਰਕਰਾਂ ਦੀ ਮੀਟਿੰਗ ਨੂੰ ਸੰਬੋਧਿਤ ਕੀਤਾ। ਪਾਰਟੀ ਵਰਕਰਾਂ ਨੂੰ ਸੰਬੋਧਿਤ ਕਰਦਿਆਂ ਦਿਨੇਸ਼ ਬੱਬੂ ਨੇ ਉਹਨਾਂ ਨੂੰ ਬੂਥ ਲੈਵਲ ਤੱਕ ਦੀਆਂ ਤਿਆਰੀਆਂ ਕਰਨ ਦੀਆਂ ਹਦਾਇਤਾਂ ਦਿੱਤੀਆਂ। ਇਸ ਦੇ ਨਾਲ ਹੀ ਪੱਤਰਕਾਰਾਂ ਨਾਲ ਗੱਲਬਾਤ ਕਰਦੇ ਦਿਨੇਸ਼ ਬੱਬੂ ਨੇ ਕਿਹਾ ਕਿ ਸਮੁੱਚੇ ਦੇਸ਼ ਦੇ ਵਿੱਚ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਵੱਲੋਂ ਪਿਛਲੇ 10 ਸਾਲਾਂ ਦੇ ਦੌਰਾਨ ਲਏ ਗਏ ਲੋਕ ਹਿੱਤ ਦੇ ਫੈਸਲਿਆਂ ਤੋਂ ਭਾਰਤ ਦੇ ਲੋਕ ਖੁਸ਼ ਹਨ ਅਤੇ ਇਸ ਵਾਰ BJP 400 ਦੇ ਧਾਰ ਸੀਟਾਂ ਦੇ ਉੱਤੇ ਜਿੱਤ ਪ੍ਰਾਪਤ ਕਰੇਗੀ। ਦਿਨੇਸ਼ ਬੱਬੂ ਨੇ ਕਿਹਾ ਕਿ ਉਹ ਗੁਰਦਾਸਪੁਰ ਵਿਖੇ ਆਪਣੀ ਪਾਰਟੀ ਵਰਕਰਾਂ ਨੂੰ ਲਾਮਬੰਧ ਕਰਨ ਲਈ ਆਏ ਹਨ। ਪੱਤਰਕਾਰਾਂ ਵੱਲੋਂ ਸਵਰਨ ਸਲਾਰੀਆ ਅਤੇ ਕਵਿਤਾ ਖੰਨਾ ਵੱਲੋਂ ਦੂਜੀ ਪਾਰਟੀ ਵਿੱਚ ਜਾਣ ਸੰਬੰਧਿਤ ਕੀਤੇ ਗਏ ਸਵਾਲ 'ਤੇ ਦਿਨੇਸ਼ ਬੱਬੂ ਨੇ ਕਿਹਾ ਕਿ ਟਿਕਟ ਤਾਂ ਪਾਰਟੀ ਵੱਲੋਂ ਕਿਸੇ ਇੱਕ ਕਾਰਜਕਰਤਾ ਨੂੰ ਹੀ ਮਿਲਦੀ ਹੈ, ਬਾਕੀ ਸੀਨੀਅਰ ਲੀਡਰਾਂ ਇਹਨਾਂ ਸਾਥੀਆਂ ਨੂੰ ਮਨਾਉਣ ਦੇ ਲਈ ਲਗਾਤਾਰ ਕੋਸ਼ਿਸ਼ ਕਰ ਰਹੇ ਹਨ। ਆਓ ਸੁਣਦਿਆਂ ਹੋਰ ਇਸ ਬਾਰੇ ਕੀ ਕਿਹਾ ਦਿਨੇਸ਼ ਬੱਬੂ ਨੇ। ਜਿੰਨਾ ਜੀ ਬੂਥ ਸੰਮੇਲਨ ਦਾ ਪ੍ਰੋਗਰਾਮ ਹੈ, ਇਹ ਬੂਥ ਸੰਮੇਲਨ ਸੁਜਾਨਪੁਰ ਵੀ ਹੋਇਆ, ਦੀਨਾਨਗਰ ਵੀ ਹੋਇਆ, ਅੱਜ ਗੁਰਦਾਸਪੁਰ ਹੀ ਕਰਕੇ ਇਹਦੇ 'ਚ ਬੂਥ ਪ੍ਰਧਾਨ ਅਤੇ ਉਹਨਾਂ ਦੀ 10-10 ਮੈਂਬਰੀ ਟੀਮ ਜਿਹੜੀ ਹੈ, ਅਤੇ ਮੰਡਲ ਅਧਿਅਕਸ਼ ਅਤੇ ਉਹਨਾਂ ਦੇ ਨਾਲ ਉਹਨਾਂ ਦੇ ਮਹਾਂ ਮੰਤਰੀ ਔਰ ਉਹਨਾਂ ਦੀ ਟੀਮ ਜਿਹੜੀ ਹੈਗੀ ਹੈ ਉਹਦਾ ਸੰਮੇਲਨ ਹੈ। ਦੇਖੋ ਪਾਰਟੀ ਦੀਆਂ ਤਿਆਰੀਆਂ ਬੜੀ ਦੇਰ ਤੋਂ ਚੱਲੇ ਕਰਦੀਆਂ, ਅੱਜ ਤੁਸੀਂ ਦੇਖਿਆ ਬੂਥ ਸੰਮੇਲਨ ਹੋਏਗਾ, ਇਸ ਤੋਂ ਪਹਿਲੇ ਪਿੰਡਾਂ 'ਚ ਮੀਟਿੰਗਾਂ ਵੀ ਹੋਈਆਂ ਨੇ ਕਿ ਹਰ ਬੂਥ ਦੀ ਰਚਨਾ ਠੀਕ ਹੋਏ, ਮਤਲਬ ਬੂਥ ਪ੍ਰਧਾਨ ਵੀ ਬਣੇ ਦਾ ਹੋਏ, ਬੂਥਾਂ 'ਚ 10-10 ਮੈਂਬਰ ਵੀ ਬਣੇ ਦੇ ਹੋਣ, ਉਹਦਾ ਜ਼ੋਨ 4 ਸਮਤੀ ਮੈਂਬਰ ਵੀ ਬਣੇ ਦਾ ਹੋਏ, ਮਤਲਬ ਸਮਤੀ ਵੀ ਬਣੇ ਦੇ ਹੋਏ, ਉਹ ਪਲੱਸ ਜਿਹੜਾ ਜ਼ੋਨ ਦਾ ਇੰਚਾਰਜ ਹੋਏ ਬਣੇ ਦਾ, ਪੂਰੀ ਟੀਮ ਬਣੇ ਦਾ, ਸੰਗਠਨ ਦਾ ਢਾਂਚਾ ਜਿਹੜਾ ਠੀਕ ਬਣੇ ਦਾ ਹੋਏਗਾ। ਉਸ ਤੋਂ ਪਹਿਲੇ ਜੇ ਆਪਾਂ ਜਨਤਾ ਨੂੰ ਪੁੱਛੀਏ ਕਿ ਤੁਹਾਡੇ ਕਿਹੜੇ ਕਿਹੜੇ ਇਸ਼ੂ ਨੇ, ਆਪਾਂ ਗੁਰਦਾਸਪੁਰ 'ਚ ਕੀ ਚਾਹੁੰਦੇ, ਦੇਖੋ ਅੱਜ ਮੈਂ ਇੱਥੇ ਝੂਠ ਬੋਲ ਕੇ ਚੱਲ ਜਾਂ, ਪਹਿਲੇ ਲੋਕਾਂ ਨੂੰ ਪੁੱਛੀ ਆਪਾਂ, ਮੈਂ ਇਹਨਾਂ ਨੂੰ ਕਿਹਾ ਸੀ ਤੁਸੀਂ ਇੱਕ ਲਿਸਟ ਬਣਾਓ ਗੁਰਦਾਸਪੁਰ ਵਾਲੇ, ਦੀਨਾਨਗਰ ਵਾਲੇ, ਬਾਕੀ ਸਾਰੇ ਜਿਹੜੇ ਫਤਿਹਗੜ੍ਹ ਚੋਣ ਸਾਰੀ ਲਿਸਟ ਬਣਾਓ, ਆਪਣੇ ਵੀ ਇਹ 8-10 ਕੰਮ ਗੁਰਦਾਸਪੁਰ ਲੋਕ ਸਭਾ ਦੇ ਹੋਣੇ ਚਾਹੀਦੇ ਨੇ, ਆਪਾਂ ਉਸ 'ਤੇ ਫੋਕਸ ਕਰਾਂਗੇ ਔਰ ਉਹ ਕੰਮ ਕਰਾਂਗੇ, ਔਰ ਤੁਹਾਨੂੰ ਇਸ ਗੱਲ ਦਾ ਵਿਸ਼ਵਾਸ ਦਿਲਾਉਣਾ ਵੀ ਇੱਕ ਇੱਕ ਕੰਮ ਕਰਾਂਗੇ ਪੂਰਾ, ਔਰ ਮਿਸਾਲ ਕਾਇਮ ਕਰ ਦੇਣਗੇ, ਪਿਛਲੇ 20 ਸਾਲ 'ਚ ਐਸੇ ਕੰਮ ਨਹੀਂ ਹੋਏਗਾ ਜਿਹੜੇ 5 ਸਾਲ ਜਾ ਕੇ ਕਰਾ ਕੇ ਸਕਦੇ। ਗੁਰਦਾਸਪੁਰ ਦੇ ਵੋਟਰਾਂ ਨੂੰ ਇਹ ਹੈ ਕਿ ਦੇਖੋ ਪੂਰੇ ਦੇਸ਼ ਚਾਹੁੰਦਾ ਕਿ ਮੋਦੀ ਜੀ ਪ੍ਰਧਾਨ ਮੰਤਰੀ ਬਣਨੇ ਚਾਹੀਦੇ, ਇੱਥੋਂ ਗੁਰਦਾਸਪੁਰ ਤੋਂ ਵੀ ਮੋਦੀ ਜੀ ਦਾ ਨੁਮਾਇੰਦਾ ਜਿਹੜਾ ਚੁਣ ਕੇ ਭੇਜੋ ਤਾਂ ਕਿ ਮੋਦੀ ਜੀ ਦੀ ਮਾਲਾ ਦਾ ਮਨਕਾ ਜਿਹੜਾ ਬਣ ਸਕਿਆ ਕਰਕੇ, ਔਰ ਇਹ ਲੱਗੇ ਕਿ ਗੁਰਦਾਸਪੁਰ ਦੀ ਵੀ ਮੋਦੀ ਜੀ ਦੇ ਪ੍ਰਧਾਨ ਮੰਤਰੀ ਬਣਨ 'ਤੇ ਹਿੱਸੇਦਾਰੀ ਆ ਕਰਕੇ। ਸਰ, ਦੋ ਪਾਰਟੀ ਦੇ ਸੀਨੀਅਰ ਆਗੂ ਜਿਹੜੇ ਆ ਸਵਰਨ ਸਲਾਰੀਆ ਔਰ ਮੈਡਮ ਕਵਿਤਾ ਖੰਨਾ, ਉਹਨਾਂ ਬਾਰੇ ਲੈ ਕੇ ਕਈ ਤਰ੍ਹਾਂ ਦੀਆਂ ਕਿਆਸਰਾਈਆਂ ਲਗਾਈਆਂ ਜਾ ਰਹੀਆਂ ਨੇ ਜੀ, ਇਸ ਨੂੰ ਲੈ ਕੇ ਕੀ ਕਹਿਣਾ ਚਾਹੁੰਦੇ? ਦੇਖੋ BJP 'ਚ ਐਸਾ ਕੋਈ ਕਲਚਰ ਤਾਂ ਹੈ ਨਹੀਂ, BJP 'ਚ ਟਿਕਟ ਦਿੱਕਣ ਨੂੰ ਮਿਲਣੀ ਹੈ, ਅਤੇ ਬਾਕੀ ਕੋਈ ਹੈ ਤਾਂ ਚਲੋ ਮਾੜੀ ਮੋਟੀ ਹੌਸਲਾਂ ਦੀ ਨਾਰਾਜ਼ਗੀ ਹੋਏ, ਪਾਰਟੀ ਵੀ ਪ੍ਰਯਾਸ ਕਰਿਆ ਕਰਦੀ ਹੈ ਉਹਨੂੰ ਮਨਾਉਣ 'ਤੇ, ਅਤੇ ਬਾਕੀ ਹੌਸਲਾ ਮੰਨ ਹੀ ਜਾਣ ਕਰਕੇ। ਦੇਖੋ ਤੁਹਾਡੇ ਸਾਹਮਣੇ ਹੀ ਹੈ, ਪਿਛਲੇ 5 ਸਾਲ ਵੀ ਕੰਮ ਦੇਖ ਲਓ ਪੰਜਾਬ 'ਚ, ਖਾਸ ਕਰਕੇ ਸੈਂਟਰ ਦੀ ਤਾਂ ਉਪਲਬਧੀਆਂ ਤਾਂ ਹੈ ਹੀ ਹੈ ਨਾ ਜੀ, ਪੰਜਾਬ 'ਚ ਦੇਖੋ ਜਿੰਨੇ ਫੰਡ ਆਏ ਨੇ, ਚਾਹੇ ਉਹ 14 ਮਿੰਟ ਦੇ ਆਏ, 15 ਮਿੰਟ ਦੇ ਆਏ, ਚਾਹੇ ਉਹ ਨਰੇਗਾ ਲੱਗ ਪੈਸੇ ਲੱਗੇ, ਸਾਰੇ ਸੈਂਟਰ ਗੌਰਮੈਂਟ ਦੇ ਪੈਸੇ ਨੇ। ਪੰਜਾਬ ਦਾ ਦੱਸ ਦਿਓ ਮੈਨੂੰ ਕਿਹੜਾ ਪੈਸਾ ਲੱਗਿਆ, ਕਰਤਾਰਪੁਰ ਕੋਰੀਡੋਰ ਜਿਹੜਾ, ਹੋਰ ਵੀ ਬੜੇ ਕੰਮ ਕਿਸਾਨਾਂ ਦੇ ਖਾਤੇ 'ਚ ਪੈਸੇ ਪੇ ਕਰਦੇ ਨੇ ਕਰਕੇ, ਪਰ 5 ਸਾਲ ਜਿਹੜੀ ਪਿਛਲੀ 5 ਸਾਲ ਸਰਕਾਰ ਕਾਂਗਰਸ ਸਰਕਾਰ ਰਹੀ ਹੈ ਉਹਦਾ ਦੱਸ ਦਿਓ ਕੋਈ ਕੰਮ,
ਅਤੇ ਹੁਣ ਦੀ ਦੱਸੋ, ਮੈਂ ਦੱਸਣਾ ਮੇਰੇ ਹਲਕੇ ਦੇ ਸੁਜਾਨਪੁਰ 'ਚ ਜਿਹਲੇ ਮੈਂ ਸਰਕਾਰ ਸੀ ਉਸ ਵੇਲੇ, ਗੌਰਮੈਂਟ ਕਾਲਜ ਬਣਿਆ, ਨਿਆੜੀ ITI ਬਣਿਆ, ਆਈ ਬਣੇ, ਕ੍ਰਿਸ਼ੀ ਵਿਗਿਆਨ ਕੇਂਦਰ ਖੁੱਲ੍ਹਿਆ, ਲੀਚੀ ਜ਼ੋਨ ਬਣਿਆ, ਕਰੀਏ ਸੜਕਾਂ ਨਵੀਆਂ ਬਣੀਆਂ ਨੇ, ਠੀਕ ਹੈ ਜੀ, ਅਨੇਕੋ ਕੰਮ ਸਟੇਡੀਅਮ ਬਣਿਆ, ਪਠਾਨਕੋਟ ਜ਼ਿਲ੍ਹਾ ਬਣਿਆ। ਹੁਣ ਦੱਸੋ 5 ਸਾਲ 'ਚ ਮੈਨੂੰ ਦੱਸੋ, ਪਿਛਲੇ 5 ਸਾਲ 'ਚ 2 ਸਾਲ ਹੋਣ ਕੋਈ ਕੰਮ ਹੋਇਆ ਕਰਕੇ। ਦੇਖੋ ਜੇ ਕੰਮ ਕਰਨ ਦੀ ਨੀਅਤ ਹੋਇਆ ਤਾਂ ਫਿਰ ਹੁੰਦਾ, ਇਹ ਜਿਹੜੇ ਆਪ ਵਾਲੇ ਨੇ ਇਹਨਾਂ ਨੂੰ ਤਾਂ ਝੂਠ ਬੋਲਣ ਦਾ ਹੋਇਆ, ਇਹ ਤਾਂ ਮਤਲਬ ਸਭ ਤੋਂ ਨੰਬਰ 1 ਝੂਠ ਬੋਲਣ 'ਚ ਕਰੇ। ਸਰ, ਨਸ਼ਾ ਇੱਕ ਬਹੁਤ ਵੱਡੀ ਸਮੱਸਿਆ ਬਣੀ ਹੋਈ ਹੈ ਇਸ ਵੇਲੇ ਸਮਾਜ ਦੀ, ਨਸ਼ੇ ਨੂੰ ਲੈ ਕੇ ਕੀ ਉਪਰਾਲੇ ਦਿਨੇਸ਼ ਬੱਬੂ ਵੱਲੋਂ ਕੀਤੇ ਜਾਣਗੇ? ਦੇਖੋ ਮੈਨੂੰ ਦੱਸੋ ਤੁਸੀਂ, ਇਹੋ ਸਰਕਾਰ ਕਹਿੰਦੀ 15 ਚ ਨਸ਼ਾ ਖਤਮ ਕਰ ਦੇਵਾਂਗੇ, ਨਸ਼ਾ ਤਾਂ 10 ਗੁਣਾ ਵੱਧ ਗਿਆ। ਇਹਨਾਂ ਦੀ ਕੋਈ ਨੀਅਤ ਥੋੜ੍ਹੀ ਕੰਮ ਕਰਨ ਦੀ, ਇਹ ਤਾਂ ਝੂਠ ਬੋਲ ਕੇ ਆਏ ਨੇ। ਔਰ ਇਸੇ ਵਾਰੀ ਦੇਖ ਲਓ ਤੁਸੀਂ, ਜਿਹੜੇ ਲੋਕ ਸਭਾ ਚੁਣਾਵ ਨੇ 13 ਸੀਟਾਂ ਨੇ ਪੰਜਾਬ 'ਚ, ਤੁਹਾਡੇ ਸਾਹਮਣੇ ਦੇਖ ਲਓ ਇੱਕ ਵੀ ਸੀਟ ਨਹੀਂ ਮਿਲਣੀ ਆਪ ਨੂੰ, ਜੋ ਹਾਲਾਤ ਨੇ। ਕਹੀਂ ਸੁਣਾ ਹੈ ਰਿਟੇਲ ਕੀ ਦੁਕਾਨ ਪਰ ਹੋਲਸੇਲ ਕਾ ਦਾਮ? ਜੀ ਹਾਂ, ਨਵਿਆ ਲੇਕਰ ਆਇਆ ਹੈ ਡਿਜ਼ਾਈਨਰ ਸੂਟਸ, ਕੁਰਤੀਜ਼ ਔਰ ਫੈਬਰਿਕਸ। ਸਭਸੇ ਸਸਤਾ ਸਭਸੇ ਅੱਛਾ, ਡਿਫੈਂਸ ਰੋਡ, ਮਮੂਨ, ਪਠਾਨਕੋਟ। ਕੰਟੈਕਟ 9614196141।